ਫਗਵਾੜਾ ਵਿਖੇ ਜੀਟੀ ਰੋਡ ਉੱਤੇ ਇੱਕ ਕਾਰ ਦੀ ਟੱਕਰ ਵੱਜਣ ਨਾਲ ਮੋਟਰਸਾਈਕਲ ਸਵਾਰ ਲੜਕਾ ਅਤੇ ਲੜਕੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਂਦਾ ਗਿਆ ਜਿੱਥੇ ਦੇਰ ਰਾਤ ਲੜਕੀ ਦੀ ਮੌਤ ਹੋ ਗਈ ਜ਼ਖਮੀ ਦੀ ਪਛਾਣ ਸਰਬਜੀਤ ਸਿੰਘ ਅਤੇ ਮ੍ਰਿਤਕ ਲੜਕੀ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਚੌਕੀ ਇੰਚਾਰਜ ਇੰਡਸਟਰੀ ਏਰੀਆ ਜੀ ਖਵਾੜਾ ਜੀ ਕੱਲ੍ਹ ਸ਼ਾਮ ਵੇਲੇ ਕੋਈ ਐਕਸੀਡੈਂਟ ਹੋ ਗਿਆ ਸੀ ਮੋਟਰਸਾਈਕਲ 'ਤੇ ਲੜਕਾ ਜਿਹੜਾ ਸਰਬਜੀਤ ਸਿੰਘ ਅਤੇ ਉਹਦੇ ਪਿੱਛੇ ਇੱਕ ਲੜਕੀ ਹਰਪ੍ਰੀਤ ਕੌਰ ਸੀ ਇਹ ਜਾ ਰਹੇ ਸੀ ਇਧਰੋਂ ਖਵਾੜੇ ਤੋਂ ਗਰਾਇਆ ਸਾਈਡ ਤੋਂ ਜਦੋਂ ਜਮਾਲਪੁਰ ਦੇ ਮੇਨ ਜੀ ਟੀ ਰੋਡ 'ਤੇ ਗਏ ਤਾਂ ਇਹਨੂੰ ਕੋਈ ਗੱਡੀ ਅਨਵਾਉਣ ਗੱਡੀ ਜਿਹੜੀ ਆ ਫੇਟ ਮਾਰ ਕੇ ਭਜਾ ਕੇ ਗੱਡੀ ਲੈ ਗਿਆ ਇਹਨਾਂ 'ਤੇ ਕਾਫੀ ਸੱਟਾਂ ਲੱਗਣ ਕਰਕੇ ਲੜਕੀ ਦੇ ਜ਼ਿਆਦਾ ਸੱਟਾਂ ਲੱਗਣ ਕਰਕੇ ਅਤੇ ਲੜਕੇ 'ਤੇ ਲੱਗੀਆਂ ਬਹੁਤ ਸੱਟਾਂ ਉੱਥੋਂ ਫਿਰ ਸਾਨੂੰ ਫੋਨ ਆਇਆ ਵੀ ਇੱਦਾਂ ਤੱਕ ਕਿ ਐਕਸੀਡੈਂਟ ਹੋ ਗਿਆ ਉੱਥੇ ਆਪਣੇ ਕਰਮਚਾਰੀ ਭੇਜੋ ਸਾਡੇ ਕਰਮਚਾਰੀ ਮੌਕੇ 'ਤੇ ਜਦੋਂ ਪਹੁੰਚੇ ਆ ਉਸ ਵਕਤ ਜਿਹੜੇ ਆ ਇਹ ਕੋਈ ਸਵਾਰੀ ਦਾ ਪ੍ਰਬੰਧ ਕਰਕੇ ਇਹਨਾਂ ਨੂੰ ਦੋਨਾਂ ਨੂੰ ਉੱਥੋਂ ਗਾਂਧੀ ਹਸਪਤਾਲ ਖਵਾੜੇ ਜਿਹੜਾ ਲੈ ਗਏ ਸੀਗੇ ਉੱਥੇ ਜਿਹੜਾ ਵਾ ਸਰਬਜੀਤ ਸਿੰਘ ਲੜਕਾ ਉਹ ਅਜੇ ਸੀਰੀਅਸ ਆ ਉਹ ਵੀ ਦੱਸ ਰਿਹਾ ਜਿਹੜੀ ਲੜਕੀ ਦੀ ਰਾਤ ਹਨੇਰੇ ਮੌਤ ਹੋ ਗਈ ਆ ਅਤੇ ਉਹ ਲੜਕੀ ਦੇ ਸਵਾਰਸ ਜਿਹੜੇ ਆਉਂਦੇ ਆ ਉਹਨਾਂ ਦੇ ਆਧਾਰ 'ਤੇ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇ ਕੋਈ ਆਇਆ ਸਾਹਮਣੇ ਵੀ ਕਿਹਦੇ ਨਾਲ ਐਕਸੀਡੈਂਟ ਹੋਇਆ ਕੁਛ ਅਜੇ ਜਿਹੜਾ ਮੁੰਡਾ ਵਾ ਜਿਹੜਾ ਜ਼ਿਆਦਾ ਉਹ ਵੀ ਸੱਟਾਂ ਲੱਗੀਆਂ ਜੀ ਉਹ ਹੋਸ਼ ਆਊਗਾ ਉਹਨੂੰ ਪਤਾ ਵਾ ਕਿਹੜੀ ਗੱਡੀ ਸੀ ਅਤੇ ਕਿੱਦਾਂ ਦਾ ਉਹਦਾ ਹੈਗਾ ਕੰਧਰ ਸੀ ਕੀ ਉਹ ਸਾਰੀ ਉਹੀ ਦੱਸ ਸਕਦਾ ਅਤੇ ਮੈਂ ਵੀ ਆਪਣੀ ਡਿਊਟੀ ਕਰਕੇ ਆ ਰਿਹਾ ਸੀ ਤਾਂ ਮੇਨ ਸੜਕ ਸਾਰੀ ਖਾਲੀ ਆ ਸੀਗੀ ਇਹ ਤਾਂ ਮੇਰੇ ਮੋਟਰਸਾਈਕਲ ਗੱਡੀ ਨਾ ਕਾਰ ਜਿਹੜੀ ਮੇਰੇ ਮੂਹਰੇ ਇੱਕਦਮ ਕੱਟ ਕੇ ਤਾਂ ਲੰਘੀ ਮੇਰੇ ਵਿੱਚ ਮਨ ਲੱਗੀ ਸੀ ਤਾਂ ਮੈਂ ਆਪਣਾ ਮੋਟਰਸਾਈਕਲ ਸਾਈਡ 'ਤੇ ਰੋਕ ਲਿਆ ਅਤੇ ਉਹ ਜਿਹੜਾ ਮੂਹਰੇ ਇਹ ਬਿਲਕੁਲ ਆਪਣੀ ਸਾਈਡ 'ਤੇ ਜਾ ਰਹੇ ਦੋਨੇ ਕੁੜੀ ਅਤੇ ਮੁੰਡਾ ਉਹ ਅਤੇ ਵਿੱਚ ਜ਼ੋਰ ਨਾਲ ਮਾਰੀ ਬਹੁਤ ਜ਼ਿਆਦਾ ਜ਼ੋਰ ਨਾਲ ਲੱਗੀ ਅਤੇ ਕੁੜੀ ਤਾਂ ਬਹੁਤ ਦੂਰ ਜਾ ਕੇ ਡਿੱਗੀ ਜਾ ਕੇ ਤਾਂ ਬਹੁਤ ਸੱਟ ਜਾ ਉਹ ਕੱਢਦੇ ਸੀ ਮੋਟਰਸਾਈਕਲ ਦੇ ਉਹ ਦੋਨੇ ਮੋਟਰਸਾਈਕਲ ਗੱਡੀ ਕੋਈ ਪਿੱਛੇ ਦੇਖੀ ਤੁਸੀਂ ਕਿਹੜੀ ਗੱਡੀ ਸੀ ਕੱਟੀ ਗੱਡੀ ਚੱਕਰਾਂ ਦੀ ਸੀ ਮਤਲਬ ਬ੍ਰਿਜ ਆ ਕਿਤੇ ਜਾਂ ਇੱਦਾਂ ਗੱਡੀ ਸੀ ਜਿਹੜੇ ਉੱਪਰਲੇ ਪਾਸੇ ਫੌਜ ਬਣੀ ਹੋਈ ਸੀ ਥੋੜ੍ਹੀ ਜਿੱਥੇ ਐਕਸੀਡੈਂਟ ਹੋਇਆ ਉੱਥੇ ਲਾਗੇ ਸਾਗੇ ਕਿਤੇ ਸਰਕਾਰੀ ਕੈਮਰੇ ਲੱਗੇ ਹੋਏ ਆ ਮੈਂ ਮੇਰੇ ਹਿਸਾਬ ਨਾਲ ਮੁਸ਼ਕਿਲ ਇਹ ਕੈਮਰੇ ਤਾਂ ਲੱਗੇ ਹੋਏ ਆ ਦੇਖ ਸਾਹਮਣੇ ਉੱਦਾਂ ਜੀ ਬਾਕੀ ਉਹ 'ਚੋਂ ਤੁਹਾਨੂੰ ਕੱਢਣਾ ਪੈਣਾ ਜੀ ਕਾਰ ਰੁਕੀ ਵੀ ਕੈਮਰਾ ਕੋਲ ਜਾ ਕੇ ਜੀ ਉਹ ਜੀ ਉੱਥੇ ਇੱਕ ਰੁਕੀ ਆ ਉਹ ਕੈਮਰੇ ਕੋਲ ਰੁਕੀ ਹੈ ਬਿਲਕੁਲ ਰੁਕੀ ਇੱਕ ਮਿੰਟ ਇੱਦਾਂ ਖੜੀ ਹੋਈ ਆ ਜਾ ਕੇ ਅਤੇ ਉੱਤਰ ਕੇ ਨਹੀਂ ਆਏ ਉੱਤਰ ਕੇ ਨਹੀਂ ਆਏ ਭੱਜ ਗਏ ਕੀ ਨਾਮ ਫਗਵਾੜਾ ਤੋਂ ਰਮੇਸ਼ ਸਰਵਾ ਦੀ ਰਿਪੋਰਟ All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran satta number love marriage pati patni ch anban videsh ch pakka hona karobar da na chalna sirf 31 ghantiyan vich samadhan free 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 Mia Rafiq Mohammed mobile 84374946 ਪੰਡਿਤ ਰਾਧੇ ਸ਼ਰਮਾ ਚਮਤਕਾਰ ਹੁੰਦੇ ਵੇਖੋ ਆਪਣੀਆਂ ਅੱਖਾਂ ਦੇ ਸਾਹਮਣੇ 24 ਘੰਟੇ ਵਿੱਚ ਪਾਓ ਹਰ ਪਰੇਸ਼ਾਨੀ ਦਾ ਹੱਲ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਬਾਦਸ਼ਾਹ ਮੇਰੇ ਕੀਤੇ ਨੂੰ ਮੇਰੇ ਤੋਂ ਇਲਾਵਾ ਕੋਈ ਕੱਟ ਨਹੀਂ ਸਕਦਾ ਮੋੜੀ ਵਸ਼ੀਕਰਨ ਕਰਵਾਓ ਮਨਚਾਹ ਪਿਆਰ ਪਾਓ ਲਵ ਮੈਰਿਜ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਜ਼ਮੀਨੀ ਝਗੜਾ ਨੌਕਰੀ ਕਾਰੋਬਾਰ ਚ ਰੁਕਾਵਟ ਵਿਦੇਸ਼ ਯਾਤਰਾ ਲਾਟਰੀ ਤੋਂ ਤੁਹਾਨੂੰ ਮਿਲੇਗਾ ਜਾਂ ਨਹੀਂ ਸੱਚਾਈ ਜਾਣੋ ਲਾਟਰੀ ਨੰਬਰ ਪਾਓ 649 ਹੋਵੇ ਜਾਂ ਲੋਟੋਮੈਕਸ ਤੁਹਾਡੀ ਹਰ ਗੱਲ 100% ਗੁਪਤ ਰੱਖੀ ਜਾਵੇਗੀ ਪਿਆਰ ਵਿੱਚ ਧੋਖਾ ਖਾਏ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਮਿਲੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਮੋਬਾਈਲ 98 788 0 45 85 88 688 617 ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸੂਰਿਆ ਟਾਈਮਜ਼।